ਮੰਡ ਚੋਂ ਆਏ ਖੇਤਾਂ ਚੋਂ ਦੁੱਧ ਦੀ ਡਿੱਗੀ ਲੈ ਕੇ ਆਏ ਆ, ਡਿੱਗੀ ਰੱਖ ਕੇ ਹੱਥ ਮੂੰਹ ਧੋਤਾ ਉਹਨਾਂ ਨੇ, ਤੇ ਮੇਰੀ ਕੁੜੀ ਨੂੰ ਕਹਿੰਦੇ ਦੂਜੀ ਨੂੰ ਵੀ ਰੋਟੀ ਬਾਅਦ 'ਚ ਖਾਣਾ, ਮੈਂ ਪਹਿਲਾਂ ਪਾਠ ਕਰ ਲਵਾਂ। ਮੁੰਡਾ ਪਾਠ ਕਰਦਾ ਹੈ ਘਰ, ਮੇਰੀ ਬੇਟੀ ਸੀ ਘਰ, ਮੇਰੀ ਵਾਈਫ ਸੀ ਘਰ, ਅਤੇ ਮੁੰਡਾ ਪਾਠ ਕਰਦਾ, ਪਾਠ ਕਰਦੇ ਨੂੰ ਉਹਨਾਂ ਜਿੰਨਾ ਚਿਰ ਪਾਠ ਕਰਦਾ ਉਹਨਾਂ ਚਿਰ ਕੁਛ ਨਹੀਂ ਗਿਆ, ਅਤੇ ਅਰਦਾਸ ਉੱਪਰ ਉੱਠਿਆ ਨਾਲ ਚੱਕ ਲਿਆ। ਗੁਰਪ੍ਰੀਤ ਉਹ ਪਾਠ 'ਤੇ ਬੈਠੇ, ਪਾਠ 'ਤੇ ਵੜਾ ਜਦੋਂ ਬੈਠਿਆ ਨੂੰ ਉਹਨਾਂ ਨੇ ਫੜਿਆ ਆਣ ਕੇ ਚੱਕ ਕੇ, ਤਾਂ ਫਿਰ ਕਿਤੇ ਪੁੱਛ ਦੱਸ ਕਰਨੀ ਆ, ਪੁੱਛ ਦੱਸ ਕਰਨ ਤੋਂ ਬਾਅਦ ਵੇਖ ਇੱਥੇ ਲਿਆਏ ਆ, ਇੱਥੋਂ ਫਿਰ ਥੱਲੇ ਖੜਿਆ, ਤਲਾਸ਼ੀ ਤਾਂ ਉਹਨੂੰ ਕੱਖ ਨਹੀਂ ਮਿਲਿਆ ਹੈਗਾ। ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਚੀਜ਼ ਨਹੀਂ ਫੜੀ ਜਾਂ ਕੁਛ ਵੀ ਨਹੀਂ, ਸਾਡੇ ਸਾਹਮਣੇ ਉਹਦੇ ਨਾਲ ਜੇਬਾਂ ਵੀ ਫੁੱਲੀਆਂ ਗਈਆਂ, ਇੱਕ ਸਿਰਫ ਆਧਾਰ ਕਾਰਡ ਨਿਕਲਿਆ ਉਹਦੀ ਜੇਬ ਦੇ ਵਿੱਚੋਂ। ਹੁਸ਼ਿਆਰਪੁਰ ਕਾਊਂਟਰ ਇੰਟੈਲੀਜੈਂਸ ਵੱਲੋਂ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਖਾਲਿਸਤਾਨ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਆਰੋਪਾਂ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਜਦੋਂ ਨੌਜਵਾਨ ਦੇ ਘਰ ਪਹੁੰਚੀ ਤਾਂ ਉਹ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਨੌਜਵਾਨ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਪਰ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੇ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਕਾਊਂਟਰ ਇੰਟੈਲੀਜੈਂਸ ਦੇ ਲੋਕ ਉਹਨਾਂ ਦੇ ਪੁੱਤ ਨੂੰ ਘਰ ਤੋਂ ਚੁੱਕ ਕੇ ਲੈ ਗਏ, ਪਰ ਘਰ ਵਿੱਚੋਂ ਇੱਕ ਵੀ ਹਥਿਆਰ ਬਰਾਮਦ ਨਹੀਂ ਹੋਏ ਅਤੇ ਉਹਨਾਂ ਦੇ ਪੁੱਤ ਨੂੰ ਫਸਾਇਆ ਜਾ ਰਿਹਾ ਹੈ। ਉਹਦੇ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਗੁਰਪ੍ਰੀਤ ਉਹ ਪਾਠ 'ਤੇ ਬੈਠੇ, ਜਿੱਦਾਂ ਪਾਠ 'ਤੇ ਬੈਠੇ ਹੈਗੇ ਮੰਡ ਚੋਂ ਆਏ ਖੇਤਾਂ ਚੋਂ ਦੁੱਧ ਦੀ ਡਿੱਗੀ ਲੈ ਕੇ ਆਏ ਆ, ਡਿੱਗੀ ਰੱਖ ਕੇ ਹੱਥ ਮੂੰਹ ਧੋਤਾ ਉਹਨਾਂ ਨੇ, ਅਤੇ ਮੇਰੀ ਕੁੜੀ ਨੂੰ ਕਹਿੰਦੇ ਦੂਜੀ ਨੂੰ ਵੀ ਰੋਟੀ ਬਾਅਦ 'ਚ ਖਾਣਾ, ਮੈਂ ਪਹਿਲਾਂ ਪਾਠ ਕਰ ਲਵਾਂ। ਪਾਠ 'ਤੇ ਬੈਠੇ, ਪਾਠ 'ਤੇ ਵੜਾ ਜਦੋਂ ਬੈਠਿਆ ਨੂੰ ਉਹਨਾਂ ਨੇ ਫੜਿਆ ਆਣ ਕੇ। ਜਦੋਂ ਉਸਨੂੰ ਪਕੜਿਆ ਉਸ ਵੇਲੇ ਘਰ ਦੇ ਵਿੱਚ ਕੋਈ ਹਥਿਆਰ ਮੌਜੂਦ ਸੀ ਜਾਂ ਉਹਨਾਂ ਹਥਿਆਰਾਂ ਦੇ ਨਾਲ ਉਸਨੂੰ ਇੱਥੋਂ ਗ੍ਰਿਫਤਾਰ ਕੀਤਾ ਹੋਵੇ? ਨਹੀਂ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਚੀਜ਼ ਨਹੀਂ ਫੜੀ ਜਾਂ ਕੁਛ ਵੀ ਨਹੀਂ, ਸਾਡੇ ਸਾਹਮਣੇ ਉਹਦੇ ਨਾਲ ਜੇਬਾਂ ਵੀ ਫੁੱਲੀਆਂ ਗਈਆਂ, ਇੱਕ ਸਿਰਫ ਆਧਾਰ ਕਾਰਡ ਨਿਕਲਿਆ ਉਹਦੀ ਜੇਬ ਦੇ ਵਿੱਚੋਂ, ਅਤੇ ਹੋਰ ਕੁਛ ਨਹੀਂ, ਬਸ ਸਾਡੇ ਦੇ ਵੀ ਜਦੋਂ ਘਰ ਦੀ ਤਲਾਸ਼ੀ ਲਈ ਸਾਰਾ ਕੁਛ ਹੀ ਫੁੱਲ ਕੇ ਗਏ ਆ ਸਾਡਾ। ਉਹਨਾਂ ਨੇ ਕਿਹਾ ਲੰਬਾਰੀ ਦੀ ਚਾਬੀ ਦਿਓ, ਮੈਂ ਕਿਹਾ ਵੀ ਖੁੱਲ੍ਹੀ ਪਈ ਲੰਬਾਰੀ ਸਾਡੀ, ਉਹਨਾਂ ਬੈੱਡ ਫੁੱਲੇ, ਲੰਬਾਰੀ ਫੁੱਲੀ, ਸਾਰਾ ਕੁਛ ਫੁੱਲਿਆ, ਕੋਈ ਚੀਜ਼ ਇਹੋ ਜਿਹੀ ਨਹੀਂ ਨਿਕਲੀ, ਨਾ ਉਹਦੇ ਕੋਲੋਂ ਨਿਕਲੀ, ਨਾ ਘਰ 'ਚੋਂ ਨਿਕਲੀ, ਕੁਛ ਨਹੀਂ ਨਿਕਲਿਆ। ਕੀ ਲੱਗਦਾ ਕਿ ਉਸਨੂੰ ਕਿਤੇ ਨਾ ਕਿਤੇ ਜਿਹੜਾ ਹੈ ਐਕਟੀਵਿਟੀ ਨਾਲ ਜੋੜਿਆ ਜਾ ਰਿਹਾ, ਖਾਲਿਸਤਾਨੀ ਐਕਟੀਵਿਟੀ ਨੂੰ? ਜਿੱਦਾਂ ਅੰਬਰ 'ਤੇ ਛਕਿਆ ਸੀ, ਹੋਰ ਤਾਂ ਕੋਈ ਉਹਦੇ ਵਿੱਚ ਨਹੀਂ ਵੀ ਇਹੋ ਜਿਹੀ ਚੀਜ਼ ਲੱਗਦੀ ਵੀ ਜਿਹਦੇ ਨਾਲ ਉਹਨੂੰ ਵੀ ਫੜਿਆ ਜਾਵੇ। ਬਾਕੀ ਪੁੱਛ ਗਿੱਛ ਤਾਂ ਕਰਦੇ ਸੀਗੇ, ਤਾਂ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਵੀ ਕਦ ਤੋਂ ਫੜਿਆ ਜਾਂ ਕੀ ਗੱਲ, ਉਹਨਾਂ ਦੱਸਿਆ ਵੀ ਨਹੀਂ ਕੁਛ। ਉਹ ਕੁਛ ਅੱਜ ਪਤਾ ਨਹੀਂ, ਹੁਣ ਰੱਬ ਜਾਣੇ ਵੀ ਕੀ ਗੱਲ ਹੈ। ਕੋਈ ਪਤਾ ਨਹੀਂ ਜੀ, ਜਿੱਥੇ ਆਈ ਹੈ ਪੁਲਿਸ, ਮੈਂ ਆਪਣੇ ਭਰਾ ਛੋਟੇ ਦੇ ਘਰ ਸੀ ਅਤੇ ਉੱਥੇ ਬੈਠੇ ਸੀ, 9:30 ਵਜੇ ਇੰਨਾ ਟਾਈਮ ਦੇਖਿਆ ਨਹੀਂ, ਕਲੀਅਰ ਕਰਨਾ ਸੀਗਾ, ਦੌੜ ਭੱਜ ਪਏ ਕਿ ਮੁੰਡਾ ਪਾਠ ਕਰਦਾ ਹੈ ਘਰ, ਮੇਰੀ ਬੇਟੀ ਸੀ ਘਰ, ਮੇਰੀ ਵਾਈਫ ਸੀ ਘਰ, ਅਤੇ ਮੁੰਡਾ ਪਾਠ ਕਰਦਾ, ਪਾਠ ਕਰਦੇ ਨੂੰ ਉਹਨਾਂ ਜਿੰਨਾ ਚਿਰ ਪਾਠ ਕਰਦਾ ਉਹਨਾਂ ਚਿਰ ਕੁਛ ਨਹੀਂ ਗਿਆ, ਅਤੇ ਅਰਦਾਸ ਉੱਪਰ ਉੱਠਿਆ ਨਾਲ ਚੱਕ ਲਿਆ, ਚੱਕ ਕੇ ਤਾਂ ਫਿਰ ਕਿਤੇ ਪੁੱਛ ਦੱਸ ਕਰਨੀ ਆ, ਪੁੱਛ ਦੱਸ ਕਰਨ ਤੋਂ ਬਾਅਦ ਵੇਖ ਇੱਥੇ ਲਿਆਏ ਆ, ਇੱਥੋਂ ਫਿਰ ਥੱਲੇ ਖੜਿਆ, ਫਿਰ ਉਹ ਲੈ ਕੇ ਵੀ ਪੁੱਛ ਦੱਸ ਕਰਕੇ ਛੱਡ ਦੇਣਾ, ਅਤੇ ਘਰ ਦੇ ਵਿੱਚੋਂ ਜੋ ਵੀ ਕੋਈ ਹਥਿਆਰ ਨਹੀਂ ਕੱਖ ਨਹੀਂ ਮਿਲਿਆ, ਇੱਥੇ ਕਾਫੀ ਦੁਨੀਆ ਸੀ ਇਕੱਠੀ ਹੋਈ ਬਾਅਦ 'ਚ, ਅਤੇ ਤਲਾਸ਼ੀ ਤਾਂ ਉਹਨੂੰ ਕੱਖ ਨਹੀਂ ਮਿਲਿਆ ਹੈਗਾ। ਕੀ ਕਹਿਣਾ ਚਾਹੁੰਦੇ ਹੋ? ਕਿੰਨੇ ਸਾਫ ਮਿਲਣਾ ਚਾਹੀਦਾ ਸਾਨੂੰ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ